भाई इस वजह कड़ी हिम्मत है भाई, एक बार क्यों नहीं भेजा गया, बार बार भेजे गए उठे हैं कि बड़ा शाह साहब केड़े पिंडी आ गए ਉਹ ਫਰਮਾਨ ਖਲੋ ਗਿਆ। ਉਹ ਤਾਂ ਨਾਲ ਆਇਤ ਹੀ ਪੜ੍ਹਨੇ ਤੇ ਮੇਰੇ ਕੋਲ ਏਡਾ ਜ਼ੋਰ ਕੋਈ ਨਹੀਂ, ਉਹ ਤਾਂ ਨਾਲ ਆਇਤ ਪੜ੍ਹ ਕੇ ਆਵਣੇ ਨਾ। ਜਿੰਨਾ ਅੱਖਾਂ ਦਿਲ ਵਰ ਡਿਠਾਵਾ ਉਹ ਅੱਖਾਂ ਲੱਭ ਗਈਆਂ ਉਹ ਤੂੰ ਮਿਲਿਓ ਤੇ ਸਾਜਨ ਮਿਲਿਆ ਨਾ। ਉਹ ਅਜ਼ਰ ਮੂਸਾ ਅਲੈਹਿਸ ਸਲਾਮ ਦੀ ਕਿਹੜੀ ਜ਼ਰੂਰਤ ਹੈ ਜੀ, ਉਹ ਅਸਾਂ ਬਾਰ ਬਾਰ ਪੂਜਣਾ ਮਨਾਓ ਕਹਿ ਹਿਕਮਤ ਹੈ ਇਹਨਾਂ ਵਿੱਚ। ਇਹ ਕਿਵੇਂ ਸ਼ਾਹ ਸਾਹਿਬ ਆਜ ਮਾਰ ਕੇ ਆਪਣੇ ਕੁਰਾਨ ਦੀ ਆਇਤ ਕਿਹੜੀ ਪੜ੍ਹਨੇ ਮੈਨੂੰ ਕੋਈ ਪਤਾ ਨਹੀਂ, ਤਾਂ ਕਾਨੋ ਕਰ ਰਹੀ ਹੈ ਕਿਹੜਾ ਮਾਰ। ਹਾਂ ਮੈਂ ਕਿਤਾਬਾਂ ਦਾ ਹਵਾਲਾ ਦੇ ਸਕਦਾ ਅੰਡਰਲਾਈਨ ਸਰ ਤੂੰ ਮਿਲਿਆ ਵਾਲਾ ਅੰਡਰ ਲਾਈਨ ਤੂੰ ਮਿਲਿਆ ਸ਼ੇਰ ਜਿੰਨਾ ਕੀ ਜਿੰਨਾ ਯਕੀਨ ਦਿਲ ਬਰ ਡਿਠਾ ਅੱਲਾਹ ਉਹ ਅੱਖਾਂ ਲੱਭ ਗਈਆਂ ਤੇ ਤੂੰ ਮਿਲਿਓ ਤੇ ਸਾਜਨ ਮਿਲਿਆ ਨਾ। ਆਂਦੇ ਹੁਣ ਆਸਾਂ ਲੱਗ ਪਈਆਂ ਲੱਗ ਗਈਆਂ ਵਾਹ ਵਾਹ ਤੇ ਖੜੀ ਮਾਸ਼ਾਅੱਲਾ ਤੇ ਜਾਨ ਤੇਰੇ ਤੂੰ ਵਾਰੇ ਤੇ ਤੂੰ ਏ ਜਾਨ ਇਮਾਨ ਦਿਲ ਦਾ ਮਰਦ ਨਾ ਥਾ ਮਗਰ ਅੱਜ ਤੀਸਰਾ ਦਿਨ ਹੋ ਗਿਆ ਚੌਥਾ ਦਿਨ ਮੈਨੂੰ ਕੱਲ ਲੱਗੇ ਸੀ ਮੇਰਾ ਭਰਾ ਆਹਨਾ ਤੇ ਚਾਚੇ ਪੁੱਤਰੀਏ ਮੇਰੇ ਜਾ ਦੱਸਿਆ ਚਾਚੇ ਜੀ ਮੈਂ ਆਖਿਆ ਜੀ ਪਤਾ ਨਾ ਤੁਸੀਂ ਬੁੱਧਵਾਰ ਕਿਹੜੇ ਨੋ ਗਏ ਜੁਲੇ ਮੈਂ ਆਖਿਆ ਪੁੱਤਰ ਵੀ ਦੱਸ ਬੈਠੇ ਰਾਜਾ ਰਿਸ਼ ਤੋਂ ਪਹਿਲਾਂ ਹਜ਼ਰਤ ਸਾਹਿਬ ਆ ਰਹੇ ਮੈਂ ਆਖਿਆ ਉਹਨਾਂ ਨੂੰ ਮੈਂ ਚੁੱਕ ਰੋਜ਼ਾਨਾ ਪੜ੍ਹਨਾ ਰਹਿਣਾ ਜੰਗ 'ਚ ਤੇ ਉਹ ਸਭ ਜੀ ਪੜ੍ਹਨਾ ਰਹਿਣਾ ਉਹਨਾਂ ਬੜੀ ਕਵਰ ਦਿੱਤੀ ਹੈ ਮੈਂ ਫਿਰ ਜਦ ਤੱਕਿਆ ਨਾ ਦੋ ਦਿਨ ਕਿ ਨਾ ਨਹੀਂ ਮੈਂ ਆਖਿਆ ਵਾਹ ਸੁਬਹਾਨ ਅੱਲਾ ਐਵੇਂ ਮੀਆਂ ਸਾਹਿਬ ਨਹੀਂ ਲਿਖਿਆ ਨਾ ਇਹ ਮਗਰ ਕੋਈ ਬੰਦਾ ਹੈ ਮਰਦ ਹੈ ਮਗਰ ਕੋਈ ਅੱਲਾ 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 ਇਹ ਦੌੜ ਤਾਂ ਲੱਗੀ ਹੈ ਸਵੇਰ ਸਵੇਰੇ ਮੇਰੀਆਂ ਤੀਆਂ ਭੈਣਾਂ ਖੁਸ਼ੀ ਨਾਲ ਇੱਧਰ ਉੱਧਰ ਚਮਕ ਨਿਚਲੇ ਆਨੇ ਨਿਚਲੇ ਕੋਈ ਸੰਦੂਕ ਪੜੋ ਹਾਂ ਉਹ ਸੁਬਾਨ ਅੱਲਾ ਤੁਸਾਂ ਮੇਰਾ ਸੰਦੂਕ ਪੜਿਆ ਮੈਂ ਸੁਣਿਆ ਕਿ ਮੈਂ ਫਿਰ ਕੀ ਅਰਜ਼ ਕਰਾਂਗਾ ਨਮਾਜ਼ਾਂ ਤੁਸਾਂ ਕੀ ਹੁਕਮ ਹੋਇਆ ਪੰਜਾਹ ਨਾ ਜਿਸ ਤਰ੍ਹਾਂ ਮੈਂ ਸੁਣਿਆ ਪੀਰਾਂ ਫਕੀਰਾਂ ਕੋਲ ਆਲਮਾਂ ਕੋਲੋਂ ਪੰਜਾਹ ਨਾਲ ਆਰਡਰ ਤੁਸਾਂ ਕੀ ਹੋਇਆ ਹਜ਼ੂਰ ਸਾਡੇ ਕੀ ਆਰਡਰ ਹੋਇਆ ਪੰਜਾਹ ਨਾਲ।